ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਹੈ? ਠੀਕ ਹੋ? ਉਮੀਦ ਕਰਦੇ ਹਾਂ ਸਾਰੇ ਦੋਸਤ ਭਰਾ ਠੀਕ ਹੋਣਗੇ। ਦੋਸਤੋ, ਅੱਜ ਦੇ ਵਲੋਗ ਦਾ ਆਗਾਜ਼ ਕਰਨੇ ਮੈਂ ਹੁਣ ਡੇਰੇ 'ਤੇ, ਬਾਕੀ ਸਾਹਿਬ ਨੇ ਸਾਡੇ ਸਵੇਰ ਖਾਣ ਦੇ ਕੰਮ ਸਾਰੇ ਕਰ ਲਏ ਜੇ। ਇਹ ਦੇਖੋ ਜਨਵਾ ਸਾਰੇ ਮਾਸ਼ਾਅੱਲਾ ਪੱਠੇ ਛੱਟੇ ਖਾਣ ਲਏ ਜੇ। ਤਕਰੀਬਨ ਇਹਨਾਂ ਦੇ ਖਤਮ ਹੋਈ ਚੱਲੇ ਜਾਂਦੇ, ਉੱਤੋਂ ਸ਼ਾਮ ਦਾ ਟਾਈਮ ਹੋਣ ਦਿਆ ਅਤੇ ਮੈਂ ਆਇਆ ਅਤੇ ਆ ਕੇ ਦੁੱਧ ਚੋ ਕੇ ਸੁਲਤਾਨ ਨੂੰ ਦੁੱਧ ਪਿਆ ਲਿਆ ਜੇ। ਅਤੇ ਵੇਖੋ ਮਾਸ਼ਾਅੱਲਾ ਬਹਿ ਗਿਆ ਜਰਾਮ ਦਾ, ਠੀਕ ਹੈ। ਬਾਕੀ ਜਨਵਰ ਪੱਠੇ ਉਹਨਾਂ ਦੇ ਖਤਮ ਹੋਈ ਚੱਲੇ, ਠੀਕ ਹੈ। ਬਾਕੀ ਇਸੇ ਹਿਸਾਬ ਗਏ ਨੇ ਹੁਣ ਪੱਠੇ ਛੱਟੇ ਵੱਢਣ ਅਤੇ ਸਾਫ਼ ਸਫਾਈ ਉਹਨਾਂ ਇੱਥੇ ਕਰ ਛੱਡੀਏ, ਠੀਕ ਹੈ। ਬਾਕੀ ਇੱਧਰ ਅੰਦਰ ਵੀ ਸਾਫ਼ ਸਫਾਈ ਕੀਤੀ ਨੇ, ਇੱਥੇ ਜਗ੍ਹਾ 'ਤੇ ਵੇਖੋ ਸਾਰੀ ਸਾਫ਼ ਸਫਾਈ ਕੀਤੀ ਨੇ। ਮਿੱਟੀ ਦੇ ਉੱਤੇ ਪਾਣੀ ਛਾਣੀ ਡੋੜਿਆ ਕੇ ਪਾਣੀ ਮਿੱਟੀ ਜਿਹੜੀ ਨਾ ਥੱਲੇ ਦੱਬ ਕਿਤੇ, ਅਤੇ ਕਾਲਾ ਅਤੇ ਜੋਗੀ ਅਸੀਂ ਇੱਥੇ ਅੰਦਰ ਹੀ ਵੱਜੇ ਜੀ। ਅਤੇ ਉਹ ਸਾਡੀ ਸਾਈਕਲ ਬਈ ਜੀ, ਉਹਦਾ ਪਿਛਲਾ ਟਾਇਰ ਜਾਮ ਹੋ ਗਿਆ, ਕਿਉਂਕਿ ਰਾਤ ਨੂੰ ਮੈਂ ਆਇਆ ਸਾਂ ਇਹਨਾਂ ਨੂੰ ਦੁੱਧ ਪਿਆਉਣ, ਰਾਤ ਨੂੰ ਦੁੱਧ ਅਤੇ ਰੋਟੀ ਖਵਾਉਣ ਆਇਆ ਸਾਂ ਇਹਨਾਂ ਨੂੰ, ਅਤੇ ਉਹ ਸਾਈਕਲ ਦਾ ਟਾਇਰ ਜਾਮ ਹੋ ਗਿਆ ਅਤੇ ਮੈਂ ਰਾਤ ਦੀ ਇੱਥੇ ਛੱਡ ਗਿਆ ਕੱਲ੍ਹ ਰਾਤ ਦੀ, ਅਤੇ ਮੈਂ ਵਾਪਸ ਲੈ ਕੇ ਨਹੀਂ ਗਿਆ। ਬਾਕੀ ਜੋਗੀ ਨੂੰ ਉਹਨਾਂ ਜਿਸ ਬਾਹਰ ਖੜੀਏ ਥੋੜ੍ਹਾ ਜਿਹਾ ਘੁਮਾ ਫਿਰਾ ਲਿਆਈਏ। ਇਹ ਦੇਖੋ ਉਹ ਜੋਗੀ, ਇਹਨੂੰ ਕੋਈ ਖਾਰਸ਼ ਦਾ ਕੋਈ ਫਰਕ ਖਾਸ ਫਰਕ ਨਹੀਂ ਪਿਆ ਹੋਇਆ, ਮੇਰਾ ਕਹਿੰਦਾ ਇਹਨੂੰ ਹਜੇ ਵੀ ਕੀੜੇ ਜਿਹੜੇ ਇਹਨਾਂ ਪਿਸੂ ਤੰਗ ਕਰਦੇ ਨੇ, ਟੀਕਾ ਲਾਉਣ ਦਾ ਕੋਈ ਫਾਇਦਾ ਨਹੀਂ ਹੋਇਆ ਸਾਨੂੰ। ਇਹ ਦੇਖੋ ਹਜੇ ਵੀ ਉਹਨੂੰ ਕੀੜੇ ਤੰਗ ਕਰਦੇ ਜੇ, ਠੀਕ ਹੈ। ਅਤੇ ਇਹ ਕਾਲੇ ਨੂੰ ਮੇਰਾ ਖਿਆਲ ਹੈ ਥੋੜ੍ਹਾ ਬਹੁਤਾ ਫਰਕ ਪਿਆ, ਉਹ ਘੱਟ ਹੀ ਖਾਰਸ਼ ਕਰਦਾ ਉਹ ਕਾਲੇ, ਇਹਨੂੰ ਕੋਈ ਫਰਕ ਨਹੀਂ ਜੇ ਪਿਆ ਹੈ ਜੋਗੀ ਨੂੰ, ਕਿ ਜਿਹੜਾ ਨਾ ਇਹਦਾ ਟੀਕੇ ਕੀੜੇ ਸ਼ੀਰੇ ਖਤਮ ਹੋ ਗਏ ਹੁਣ, ਪਰ ਟੀਕਾ ਇਹਨੂੰ ਹਜੇ ਹੋਰ ਥੋੜ੍ਹਾ ਜਿਹਾ ਪਿਆ ਹੋਵੇ ਜਿਹੜਾ ਕਿ ਹੁਣ ਇਹਨੂੰ ਫਿਰ ਲਾ ਦਾਂਗੇ ਹੋਰ। ਬਾਕੀ ਹੁਣ ਇਹਨੂੰ ਥੋੜ੍ਹਾ ਜਿਹਾ ਅਸੀਂ ਬਾਹਰ ਕੱਢੀਏ, ਅੰਦਰ ਸੇਕਾ ਵੀ ਬਹੁਤ ਜ਼ਿਆਦਾ ਹੋ ਗਿਆ, ਪਾਣੀ ਛਾਣੀ ਲਾਇਆ ਸੀ ਆ ਜਗ੍ਹਾ 'ਤੇ, ਵੇਖੋ ਨਾ ਗਿੱਲੀ ਗਿੱਲੀ ਇੱਧਰ ਵਾਲੀ ਸੁੱਕੀ ਹੈ ਜਿੱਥੇ ਜੋਗੀ ਨੂੰ ਬੰਨਿਆ ਸੀ। ਇਹਨੂੰ ਮੈਂ ਘੁਮਾਉਣ ਫਿਰਾਉਣ ਲੈ ਚੱਲਾਂ ਜੀ, ਕਾਲਾ ਢੋਂਦਾ ਪਿਆ ਕਿ ਮੈਨੂੰ ਨਹੀਂ ਖੜਦੇ, ਉਹਨੂੰ ਲੈ ਚੱਲੇ। ਲੋ ਜੀ ਭਾਈ, ਇਹਨੂੰ ਲਾਇਆ ਕਿਆ ਹੋਇਆ ਜੇ ਬਾਹਰ, ਘੁਮਾ ਫਿਰਾ ਲਿਆਈਏ। ਦੇਖੋ ਖਾਰਿਸ਼ ਨਹੀਂ ਇਹਦੀ ਛੁੱਟੀ ਹੈ। ਉਹ ਜੋਗੀ ਜੋਗੀ ਨੂੰ ਕੱਲ ਹਰ ਹਾਲ ਚ ਨਵਾ ਦਾਂਗੇ, ਕਿਉਂਕਿ ਇਹਦੇ ਉੱਤੇ ਬਹੁਤ ਗੰਦਗੀ ਹੋ ਗਈ ਹੈ, ਮਿੱਟੀ ਮਿੱਟੀ। ਉਹ ਜੋਗੀ ਮਿੱਟੀ ਕਿੰਨੀ ਹੈ ਇਹਦੇ ਤੇ ਪਾ ਗਈ, ਇਹਨੂੰ ਮੈਂ ਬਾਹਰ ਘੁਮਾ ਫਿਰਾ ਲਿਆਵਾਂ, ਫਿਰ ਬਾਕੀ ਦਾ ਵਲੋਗ ਤੁਹਾਨੂੰ ਦਿਖਾਉਂਦੇ। ਸਲਾਮ ਲੈ ਦੋਸਤੋ, ਅਸੀਂ ਹੁਣ ਇਹਨੂੰ ਘੁਮਾ ਲਈਏ, ਕਿਉਂਕਿ ਜਿਹੜਾ ਨਾ ਗੰਦੀ ਨਾ ਲੱਗੇ ਅਸੀਂ ਬਾਹਰ, ਫਿਰ ਅੱਜ ਗਰਮੀ ਦੋਸਤੋ ਬੜੀ ਪਈ ਹੈ, ਕੁੱਤਾ ਸਾੜੀ ਦਿਹਾੜੀ ਸੁੱਤਾ ਲਿਆ ਸੀ, ਕਿ ਤਾਲੀ ਲਵਾ ਲਈਏ ਰਾਤੀ ਸਕੂਨ ਨਾ ਸੋਵੇ, ਐਂ ਗਾਸ ਹੋਈ ਸਾਨੂੰ ਡਰ ਨਹੀਂ ਹੈ, ਅਸੀਂ ਖੋਲਦੇ ਨਹੀਂ ਆ, ਕੰਨਾਂ ਵੀ ਸਾਡੀਆਂ ਛੋਟੀ ਹੈ, ਅਗਰ ਅਸੀਂ ਖੋਲਦੇ ਨੇ ਤਾਂ ਹੁਣ ਇੱਧਰ ਕਹਿੰਦਾ ਕਰੀਏ ਨਾ, ਬਿੱਲੀ ਦੇ ਵਿੱਚ ਇਹਨੂੰ ਕੰਮ ਪਿਆ, ਭੱਜ ਜੇ ਨਾ ਨਾ ਤੁਹਾਨੂੰ ਪਤਾ ਕਿੱਡਾ ਮਹਿੰਗਾ ਕੁੱਤਾ ਬੁੱਲੀ, ਅਸੀਂ ਕਿਹਾ ਯਾਰ ਬਸ ਛੱਡ, ਪੱਟ ਵੇਖੋ ਮਾਸ਼ਾਅੱਲਾ ਤੁਸੀਂ ਬਾਈ ਠੀਕ ਹੈ, ਓਏ ਸੈਲ ਚ ਵੀ ਮਾਰ ਕਿਨੂੰ
ਫਰਜ਼ ਘਰ ਤੂੰ ਖੁੱਲਾ ਹੁੰਦਾ ਤੈਨੂੰ ਕੀ ਕਰਨਾ ਬਸ ਨੀ ਆਡਾ ਜੋਗੀ ਚੱਲ ਥੋੜੀ ਹੈ ਥੋੜੀ ਹੈ ਤਾਲੀ ਲਵਾ ਜੋਗੀ ਆ ਸੇਬ ਸਭ ਹੋਏ ਕਾਲਾ ਜੀ ਖੁੱਲਾ ਛੱਡ ਦੋ ਕਿਤੇ ਭੱਜ ਰਿਹਾ ਭੱਜ ਰਿਹਾ ਨਹੀਂ ਯਾਰ ਯਾਰ ਅੱਜ ਖੋਲ ਦਿਆ ਹੋ ਨਹੀਂ ਆ ਤੇ ਬੜੇ ਬੰਨਾ ਹੀ ਨਹੀਂ ਉਹ ਨਹੀਂ ਹੋਏ ਬੰਦੇ ਲਾਈ ਜਾਂਦੇ ਹੈ ਚਲੋ ਅੱਗੇ ਜਾ ਬਾਕੀ ਵੀਡੀਓ ਗਾੜੀ ਵਾਸ ਆਉਂਦੀ ਚੱਲ ਕਾੜੋ ਤਲ ਉਹ ਤਲ ਕਾੜ ਕਾੜੂ ਪਾਉ ਪਾਉ ਅੱਗੇ ਘੜ 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 ਉਹ ਤਲ ਕਾੜੂ ਮੇਰਾ ਘੜ ਆਵੇ ਪੂਰਾ ਤੂੰ ਹੁੰਦੇ ਆ ਘੜ ਘੜੇ ਤੁਹਾਨੂੰ ਪਤਾ ਸਾਡਾ ਮੱਛਰ ਅੱਡਾ ਤਗੜਾ ਕੁੱਤਾ ਸਾਡੇ ਕਾਲੇ ਨੂੰ ਪੁੱਤਰ ਚੜਾ ਕਾਲਾ ਅੱਡਾ ਤੁਰਦਾ ਉਹ ਡੱਬਲ ਉੱਪਰ ਟੱਬੜ ਕਾਲਾ ਇਸ ਟਾਈਮ ਕਹਿੰਦਾ ਮੈਨੂੰ ਛੱਡੋ ਮੈਂ ਇਹਨਾਂ ਦਾ ਇਲਾਜ ਕਰਾਂ ਜੋਗੀ ਵੀ ਕਹਿੰਦਾ ਛੱਡੋ ਚਲੋ ਵੀ ਇਹਨੂੰ ਕੁੱਪੀ ਹੈ ਠੀਕ ਹੈ ਦੋਸਤੋ ਹੁਣ ਅਸਾਂ ਘੁਮਾ ਫਰਾ ਲਿਆ ਜੇ ਹੁਣ ਅਸੀਂ ਲੈ ਕੇ ਚੱਲੀਏ ਨੋਡੇ ਰਹੇ ਤੇ ਇਹਨਾਂ ਨੂੰ ਠੀਕ ਹੈ ਅਬੇ ਉਹ ਆਪਾਂ ਜੀ ਘੋੜ ਕੇ ਪੈ ਚੱਲੇ ਹਜੇ